ਤੋ ਜਿੰਨੇ ਵੀ ਬੇਰੋਜ਼ਗਾਰ ਜਿੱਥੇ ਬੰਦੀਆਂ ਨੇ ਉਹਨਾਂ ਦੀ ਅੱਜ ਸੁਣਵਾਈ ਹੋ ਰਹੀ ਹੈ ਗਲਬਾਤ ਹੋ ਰਹੀ ਹੈ ਸਰਕਾਰ ਖੁਦ ਉਹਨਾਂ ਦੀਆਂ ਸਮੱਸਿਆਵਾਂ ਸੁਣਦੀ ਪਈ ਹੈ ਪੰਜਾਬ ਭਵਨ ਦੇ ਚ ਵੱਡੀ ਮੀਟਿੰਗ ਚੱਲਦੀ ਪਈ ਹੈ 16 ਜਿੱਥੇ ਬੰਦੀਆਂ ਇੱਥੇ ਪਹੁੰਚੀਆਂ ਹੋਈਆਂ ਨੇ ਹੁਣੇ-ਹੁਣੇ ਗਲਬਾਤ ਹੋਈ ਹੈ ਬੇਰੋਜ਼ਗਾਰ ਟੈਟ ਤੇ ਬੀਐਡ ਪਾਸ ਅਧਿਆਪਕ ਜਿਹੜੇ ਬੇਰੋਜ਼ਗਾਰ ਨੇ ਉਹਨਾਂ ਦੀ ਯੂਨੀਅਨ ਦੇ ਨਾਲ ਗਲਬਾਤ ਹੋਈ ਹੈ ਪ੍ਰਗਟ ਸਿੰਘ ਜੀ ਹੁਰਾ ਦੀ ਪੁੱਛਾਂਗੇ ਕਿ ਕੀ ਆਸ਼ਵਾਸਨ ਮਿਲਿਆ ਕਿ ਉਹਨਾਂ ਦੀਆਂ ਜਿਹੜੀਆਂ ਸਮੱਸਿਆਵਾਂ ਨੇ ਉਹਨਾਂ ਦਾ ਹੱਲ ਹੁੰਦਾ ਨਜ਼ਰ ਆ ਰਿਹਾ ਹੈ ਬਾਈ ਜੀ ਸਵਾਗਤ ਹੈ ਤੁਹਾਡਾ ਹਸ਼ੀਕਾਲ ਸਰ ਸਾਡਾ ਬੀਆ ਟਟਪਾਸ ਜੁਨੀਅਨ ਤੋਂ ਪਿਛਲੇ ਸਮੇਂ ਤੋਂ ਪਹਿਲੇ ਸਾਬਕਾ ਸਿੱਖਿਆ ਮੰਤਰੀ ਵੀਜੇਂਦਰ ਸਿੰਘਲਾ ਦੀ ਕੋਠੀ ਅੱਗੇ ਕਰੀਬ 9 ਮਹੀਨੇ 3 ਦਿਨ ਪੱਕਾ ਧਰਨਾ ਚੱਲਿਆ ਹੈ ਮੰਤਰੀ ਸਾਹਿਬ ਨੂੰ ਕੋਠੀ ਵਿੱਚ ਆਉਣਾ ਨਸੀਬ ਨਹੀਂ ਹੋਇਆ ਹੁਣ ਸਾਡੇ ਨਾਲ ਦਾ ਇੱਕ ਸਾਥੀ ਮਨੀਸ਼ ਕੁਮਾਰ ਸੰਗਰੂਰ ਉਦੋਂ ਤੋਂ ਲੈ ਕੇ ਜਦੋਂ ਤੋਂ ਪਹਿਲੇ ਵੀਜੇਂਦਰ ਸਿੰਘਲਾ ਸਿੱਖਿਆ ਮੰਤਰੀ ਸੀ ਟਿੰਕੀ ਤੇ ਚੜੇ ਹੋਏ ਨੇ 3 ਤਰੀਕ ਨੂੰ ਅਸੀਂ 3 ਅਕਤੂਬਰ ਨੂੰ ਨਵੇਂ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਦੀ ਕੋਠੀ ਅੱਗੇ ਘਰਾਓ ਕੀਤਾ ਸੀ 3 ਦਿਨ ਪੱਕਾ ਮੋਰਚਾ ਚੱਲਦਾ ਰਿਹਾ 5 ਤਰੀਕ ਤੱਕ 5 ਤਰੀਕ ਨੂੰ 5 ਅਕਤੂਬਰ ਨੂੰ ਇੱਥੇ ਚੰਡੀਗੜ੍ਹ ਬੁਲਾਇਆ ਗਿਆ ਸਿੱਖਿਆ ਮੰਤਰੀ ਜੀ ਸਰਦਾਰ ਪ੍ਰਗਟ ਸਿੰਘ ਜੀ ਦੇ ਨਾਲ ਮੀਟਿੰਗ ਵਾਸਤੇ ਉਧਰ ਦੂਜੇ ਪਾਸੇ ਕਾਂਗਰਸ ਦੇ ਵਰਕਰਾਂ ਵੱਲੋਂ ਬੀਰਜ਼ਗਾਰਾਂ ਨਾਲ ਧੱਕੇਸ਼ਾਹੀ ਕੀਤੀ ਗਈ ਕੁੱਟਮਾਰ ਕੀਤੀ ਗਈ ਧੂਕੜੀਸ ਕੀਤੀ ਗਈ ਟੈਂਟ ਪੱਟੇ ਗਏ ਬੀਰਜ਼ਗਾਰਾਂ ਦੇ ਨਾਲ ਹੋਰ ਧੱਕਾ ਮੁਕੀ ਕੀਤੀ ਗਈ ਅੱਜ ਦੀ ਮੀਟਿੰਗ ਦਾ ਦੁਬਾਰਾ ਫੇਰ ਕਿਹਾ ਕਿ ਅਸੀਂ 15 ਤਰੀਕ ਨੂੰ ਫੇਰ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਦੀ ਕੋਠੀ ਅੱਗੇ ਮਰੰਡਾ ਵਿਖੇ ਪੱਕਾ ਮੋਰਚਾ ਲਾਉਣ ਜਾ ਰਹੇ ਸੀ ਇਹਦੇ ਤੋਂ ਪਹਿਲੇ ਸਾਨੂੰ ਅੱਜ ਮੀਟਿੰਗ ਕਾਲ ਕੀਤੀ ਗਈ ਹੈ ਜਿਹਦੇ ਵਿੱਚ ਪਿਛਲੇ ਲੰਬੇ ਸਮੇਂ ਤੋਂ ਜਿਹੜੀ 4.5 ਸਾਲ ਤੋਂ ਸਾਡੀਆਂ ਮੰਗਾਂ ਚਲਦੀਆਂ ਆ ਰਹੀਆਂ ਨੇ ਮਾਸਟਰ ਕੇਡਰ ਦੀ ਭਰਤੀ ਵਾਸਤੇ ਖਾਸ ਕਰਕੇ ਇਹਨਾਂ ਤਿੰਨੇ ਸਬਜੈਕਟਾਂ ਸਮਾਜਿਕ ਸਿੱਖਿਆ ਹਿੰਦੀ ਪੰਜਾਬੀ ਦੀ ਵੱਡੀ ਗਿਣਤੀ ਦੇ ਵਿੱਚ ਪੋਸਟਾਂ ਤੇ ਭਰਤੀ ਕੀਤੀ ਜਾਵੇ ਕਿਉਂਕਿ ਪਿਛਲੇ 4.5 ਸਾਲ ਦੇ ਵਿੱਚ ਸਿੱਖਿਆ ਮੰਤਰੀ ਵਿਜੇਂਦਰ ਸਿੰਘਲਾ ਜੀ ਰਹੇ ਚਾਹੇ ਅਰਨੋ ਚੌਧਰੀ ਜੀ ਰਹੇ ਨੇ ਚਾਹੇ ਓਪੀ ਸੋਨੀ ਜੀ ਰਹੇ ਐ ਜਿਹੜੀਆਂ ਪੋਸਟਾਂ ਕੱਢੀਆਂ ਗਈਆਂ ਸਿਰਫ 3704 ਪੋਸਟਾਂ ਕੱਢੀਆਂ ਗਈਆਂ ਨੇ ਜਿਦੇ ਵਿੱਚ ਸਿਰਫ 150 ਦੇ ਕਰੀਬ ਇਹਨਾਂ ਸਬਜੈਕਟਾਂ ਦੀਆਂ ਪੋਸਟਾਂ ਸੀ ਜਿਨ੍ਹਾਂ ਦੇ ਕੈਂਡੀਡੇਟ 190 ਕੁੱਲ 34000 ਟੈਟ ਪਾਸ ਵਿਅਰਜਗਰ ਵੀ ਅਧਿਆਪਕ ਪੰਜਾਬ ਦੇ ਵਿੱਚ ਨੇ ਜਿਨ੍ਹਾਂ ਨੇ ਵੀਰਡ ਕਰਨ ਤੋਂ ਬਾਅਦ ਚ ਜਿਹੜਾ ਟੈਟ ਦਾ ਪੇਪਰ ਅਧਿਆਪਕ ਯੋਗਤਾ ਪ੍ਰੀਖਿਆ ਵੀ ਪਾਸ ਕੀਤੀ ਹੋਈ ਹੈ ਤਾਂ ਸਾਡੀ ਮੰਗ ਇਹ ਸੀ ਤਿੰਨ ਦਿਨ ਅਸੀਂ ਮੋਰਚਾ ਲਾਇਆ ਉਸ ਤੋਂ ਬਾਅਦ ਅੱਜ ਸਾਡੀ ਮੀਟਿੰਗ ਕਰਵਾਈ ਗਈ ਹੈ ਤੇ ਸਾਡੀ ਫੋਕਸ ਇਸ ਗੱਲ ਤੇ ਹੈ ਕਿ ਇਹਨਾਂ ਸਬਜੈਕਟਾਂ ਦੀਆਂ ਪੋਸਟਾਂ ਵੱਡੀ ਗਿਣਤੀ ਦੇ ਵਿੱਚ ਦਿੱਤੀਆਂ ਜਾਣ ਬਾਕੀ ਸਾਰੀਆਂ ਮੰਗਾਂ ਦੇ ਸਮੇਤ ਤਾਂ ਉਹਨਾਂ ਵੱਲੋਂ ਭਰੋਸਾ ਦਿੱਤਾ ਗਿਆ ਕਿ ਤੁਹਾਡੀਆਂ ਜਿਹੜੀਆਂ ਮੰਗਾਂ ਨੇ ਇਹਦੇ ਤੇ ਬਹੁਤ ਜਲਦੀ ਅਸੀਂ ਸਾਰਾ ਕੁਝ ਬਣਾ ਕੇ ਪਿਛਲੇ ਦਿਨਾਂ ਦੇ ਵਿੱਚ ਵੀ ਭਾਵੇਂ ਸਾਨੂੰ ਇਹੀ ਭਰੋਸਾ ਦਿੱਤਾ ਗਿਆ ਸੀ 5 ਤਰੀਕ ਨੂੰ ਮੀਟਿੰਗ ਹੋ ਅੱਜ ਸਾਡੀ ਦੁਬਾਰਾ ਮੀਟਿੰਗ ਹੋਈ ਹੈ ਅੱਜ ਵੀ ਇਹੀ ਕਿਹਾ ਕਿ ਇੱਕ ਹਫ਼ਤੇ ਦੇ ਵਿੱਚ ਵਿੱਚ ਅਸੀਂ ਤੁਹਾਨੂੰ ਸਾਰਾ ਡਿਸਕਸ ਕਰਕੇ ਮਿਕਵੇ ਦੇ ਵਿੱਚੋਂ ਕਿੰਨੀਆਂ ਪੋਸਟਾਂ ਸਾਡੇ ਕੋਲੇ ਖਾਲੀ ਬਚਦੀਆਂ ਨੇ ਇਹਨਾਂ ਤੇ ਅਸੀਂ ਕਿੰਨੀਆਂ ਪੋਸਟਾਂ ਦੀ ਐਡਵਰਟਾਈਜ਼ਮੈਂਟ ਦੇ ਸਕਦੇ ਆ ਫਾਈਨਾਂਸ ਤੋਂ ਤੁਹਾਡੇ ਸਾਥ ਦੇ ਨਾਲ ਖਾਲੀ ਹੈ ਸਾਡੇ ਮੁਤਾਬਕ 40000 ਦੇ ਕਰੀਬ ਸਿੱਖਿਆ ਵਿਭਾਗ ਦੇ ਵਿੱਚ ਪੋਸਟਾਂ ਖਾਲੀ ਬਣਦੀਆਂ ਨੇ ਪਰੰਤੂ ਇਹਨਾਂ ਇਹਨਾਂ ਨਹੀਂ ਲੱਗਦਾ ਕਿ ਸਾਨੂੰ ਸਾਰੀਆਂ ਪੋਸਟਾਂ ਦੇਣਗੇ ਸਾਡੀ ਮੰਗ ਘੱਟੋ ਘੱਟ 18 ਤੋਂ 20000 ਪੋਸਟਾਂ ਦੀ ਹੈ ਕਿ ਘੱਟੋ ਘੱਟ ਇਹਨੀਆਂ ਪੋਸਟਾਂ ਦਿੱਤੀਆਂ ਜਾਣ ਇਹਦੇ ਤੇ ਨਹੀਂ ਲੱਗਦਾ ਨਹੀਂ ਏਡੀ ਕੇ ਏਡੀ ਵੱਡੀ ਗਿਣਤੀ ਦੇ ਵਿੱਚ ਪੋਸਟਾਂ ਦੇਣਗੇ ਪਰ ਫਿਰ ਵੀ ਇਸ ਗੱਲ ਦੀ ਆਸ ਹੈ ਜਿਵੇਂ ਭਰੋਸਾ ਦਿੱਤਾ ਗਿਆ ਕਿ 31 ਮਾਰਚ 2022 ਤੱਕ ਜਿੰਨੀਆਂ ਵੀ ਪੋਸਟਾਂ ਖਾਲੀ ਹੋਣ ਜਾ ਰਹੀਆਂ ਨੇ ਸਾਡੀ ਮੰਗ ਸੀ ਕਿ 30 ਸਤੰਬਰ 2022 ਤੱਕ ਜਿੰਨੀਆਂ ਪੋਸਟਾਂ ਖਾਲੀ ਹੋਣੀਆਂ ਨੇ ਸਾਰੀਆਂ ਤੇ ਪ੍ਰੀ ਆਡ ਕੀਤਾ ਜਾਵੇ ਉਹਨਾਂ ਨੂੰ ਐਡਵਾਂਸ ਦੇ ਵਿੱਚ ਉਹਨਾਂ ਤੇ ਐਡਵਰਟਾਈਜ਼ਮੈਂਟ ਦਿੱਤੀ ਜਾਵੇ ਉਹਨਾਂ ਨੂੰ ਟੀਚਰਾਂ ਨੂੰ ਤਾਂ ਜੋ ਆਉਣ ਵਾਲੇ ਸਮੇਂ ਦੇ ਵਿੱਚ ਰੋਜ਼ਗਾਰ ਮਿਲ ਸਕੇ ਉਹਨਾਂ ਨੇ ਭਰੋਸਾ ਦਿੱਤਾ ਹੈ ਕਿ 31 ਮਾਰਚ 2022 ਤੱਕ ਜਿੰਨੀਆਂ ਪੋਸਟਾਂ ਖਾਲੀ ਹੋਣਗੀਆਂ ਮਾਸਟਰ ਕੈਡਰ ਦੀਆਂ ਸਾਰੀ ਡਿਸਕਸ ਕਰਕੇ ਫైనాన్స్ ਤੋਂ ਮਨਜ਼ੂਰੀ ਲੈ ਕੇ ਸੋਨਲ ਤੋਂ ਲੈ ਕੇ ਵੱਖ-ਵੱਖ ਡਿਪਾਰਟਮੈਂਟਸ ਤੋਂ ਜਿਹੜੀ ਕੋਈ ਮਨਜ਼ੂਰੀ ਬਣਦੀ ਹੈ ਲੈ ਕੇ ਬਹੁਤ ਜਲਦੀ ਇੱਕ ਹਫ਼ਤੇ ਦੇ ਵਿੱਚ ਤੁਹਾਨੂੰ ਦੁਬਾਰਾ ਫਿਲਹਾਲ ਸਾਨੂੰ ਇਹ ਨਹੀਂ ਦੱਸਿਆ ਗਿਆ ਕਿ ਕਿੰਨੀਆਂ ਪੋਸਟਾਂ ਦੇ ਰਹੇ ਆ ਅੰਦਾਜ਼ਨ ਹਫਤਾ ਕਿਹਾ ਇਹ ਨਹੀਂ ਦੱਸਿਆ ਗਿਆ ਕਿ ਕਿੰਨੇ ਦਿਨਾਂ ਦੇ ਵਿੱਚ ਠੋਸ ਹੱਲ ਕੱਢਿਆ ਜਾਊਗਾ ਇਸ ਕਰਕੇ ਜੇ ਅਸੀਂ ਇਸ ਮੀਟਿੰਗ ਨੂੰ ਕੁਝ ਕ ਪੋਜੀਟਿਵ ਕਹਿ ਸਕਦੇ ਆ ਵਧੀਆ ਕਹਿ ਸਕਦੇ ਆ ਕਿਉਂਕਿ ਪਿਛਲੇ ਸਮਿਆ ਦੇ ਵਿੱਚ ਹਾਲਾਤ ਪੰਜਾਬ ਦੇ ਰਏ ਨੇ ਨਾ ਤਾਂ ਸਿੱਖਿਆ ਮੰਤਰੀ ਵਿਜੇਂਦਰ ਸਿੰਘਲਾ ਨੇ ਲੋਕਾਂ ਦੀ ਗੱਲ ਸੁਣੀ ਹੈ ਵਿਦਿਅਕ ਅਧਿਆਪਕਾਂ ਦੀ ਈਵਨ ਕੇਸ ਸੀ ਜਿੱਥੇ ਕਿਤੇ ਉਹ ਜਾਂਦੇ ਸੀ ਆਪਣੇ ਫੰਕਸ਼ਨਾਂ ਦੇ ਵਿੱਚ ਉੱਥੇ ਜਾ ਕੇ ਵੀ ਬੇਨਤੀ ਕਰਦੇ ਰਹੇ ਆ ਤੁਹਾਡੀ ਮੰਗ ਜਿਹੜੀ ਹੈਗੀ 18 ਤੋਂ 20000 ਤੱਕ ਜਿਹੜੀ ਪੋਸਟਿੰਗ ਵੀ ਹੈਗੀ ਹੈ ਵੀ ਭਰਤੀ ਕੀਤੀ ਜਾਵੇ ਜੇ ਨਹੀਂ ਹੁੰਦੀ ਫਿਰ ਤੁਹਾਡਾ ਐਕਸ਼ਨ ਕੀ ਹੋਗਾ ਸਾਡਾ ਲਗਾਤਾਰ ਲਗਾਤਾਰ ਪ੍ਰੋਟੈਸਟ ਜਾਰੀ ਹੈ ਅਸੀਂ ਜਦੋਂ ਐਡ ਆਉਂਦੀ ਆ ਤਾਂ ਅਸੀਂ ਦੇਖਦੇ ਆ ਉਹਦੇ ਵਿੱਚ ਕਿੰਨੀਆਂ ਪੋਸਟਾਂ ਲੈਂਦੇ ਨਹੀਂ ਸਮਾਂ ਇਹ ਇਹ ਵੀ ਹੈਗਾ ਵੀ ਤੁਸੀਂ ਹੁਣ ਸਰ ਕਿਉਂਕਿ ਸਰਕਾਰ ਅਗਲੇ ਚੋਣਾਂ ਆਉਣੀਆਂ 2022 ਦੀਆਂ ਤੁਹਾਡਾ ਤੁਸੀਂ ਦਬਾਅ ਪਾ ਸਕਦੇ ਜਿੰਨਾ ਕ ਹੁਣ ਤੱਕ ਪਾਇਆ ਤੁਹਾਡੀਆਂ ਜਿਹੜੀਆਂ ਮੁਸ਼ਕਲਾਂ ਵੀ ਅੱਜ ਉਹਨਾਂ ਨੇ ਸੁਣੀਆਂ ਜੇ ਤਾਂ 18 ਤੋਂ 20 ਤੱਕ ਤੁਹਾਡੀ ਜਿਹੜੀ ਡਿਮਾਂਡ ਹੈਗੀ ਆ ਜਿਹੜੀ ਭਰਤੀ ਹੋਣੀ ਚਾਹੀਦੀ ਹੈ ਨਹੀਂ ਹੁੰਦੀ ਤਾਂ ਫਿਰ ਤੁਸੀਂ ਕੀ ਐਕਸ਼ਨ ਪਹਿਲੀ ਗੱਲ ਤੇ ਦੁੱਖ ਦੀ ਗੱਲ ਇਹ ਹੈ ਕਿ ਸਰਕਾਰ ਨੂੰ ਇਹ ਗੱਲਾਂ ਦੀ ਆਸ ਨਹੀਂ ਰੱਖਣੀ ਚਾਹੀਦੀ ਕਿ ਕੋਈ ਦਬਾਅ ਪਾਵੇ ਤੇ ਫਿਰ ਕੰਮ ਕੀਤੇ ਜਾਣ ਉਹਨਾਂ ਨੂੰ ਖੁਦ ਨੂੰ ਇਹ ਗੱਲ ਦੇਖਣੀ ਚਾਹੀਦੀ ਆ ਪਿਛਲੇ 4.5 ਸਾਲਾਂ ਚ ਇਹੀ ਕੁਝ ਵਾਪਰਿਆ ਹੁਣ ਜਦੋਂ ਅਸੀਂ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਦੀ ਕੋਠੀ ਦਾ ਘਰਾਓ ਤਿੰਨ ਦਿਨ ਕਰਕੇ ਰੱਖਿਆ ਤਾਂ ਉਹਦੇ ਦੌਰਾਨ ਸਰਕਾਰ ਨੂੰ ਇਹ ਮਹਿਸੂਸ ਜ਼ਰੂ ਬਹੁਤ ਕੁਝ ਬੇਨਿਜ਼ਮੀਆਂ ਹੋਈਆਂ ਨੇ ਬਹੁਤ ਕੁਝ ਅਣਦੇਖੇ ਕੀਤਾ ਗਿਆ ਤਾਂ ਕਰਕੇ ਉਹਨਾਂ ਨੂੰ ਇਸ ਗੱਲ ਨੂੰ ਉਹਨਾਂ ਨੇ ਜਿਹੜਾ ਫਰੰਟ ਤੇ ਲੈ ਕੇ ਆਂਦਾ ਤੇ ਹੁਣ ਸਾਡੀ ਜਿਹੜੀ ਮੰਗ ਹੈ 18 ਤੋਂ 2000 ਪੋਸਟਾ ਘੱਟੋ-ਘੱਟ ਇਹਨਾਂ ਵਿਸ਼ਿਆਂ ਦੀਆਂ ਤਿੰਨਾਂ ਦੀਆਂ ਐਸਐਸਟੀ ਹਿੰਦੀ ਪੰਜਾਬੀ ਦੀਆਂ 9000 ਤੇ ਬਾਕੀ ਸਬਜੈਕਟਾਂ ਦੀਆਂ ਪੋਸਟਾਂ ਸਮੇਤ ਜੇ ਸਰਕਾਰ ਇਹਨਾਂ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਠੋਸ ਸੱਲ ਨਹੀਂ ਕਰਦੀ ਤਾਂ ਅਸੀਂ ਤਿੰਨ ਦਿਨ ਪਹਿਲਾਂ ਵੀ ਸਰਦਾਰ ਚਰਨਜੀਤ ਸਿੰਘ ਚੰਨੀ ਦੀ ਕੋਠੀ ਦੇ ਘਰ ਨੂੰ ਜਾਂਦਾ ਕੋਠੀ ਨੂੰ ਜਾਂਦਾ ਰਸਤਾ ਬੰਦ ਕਰਕੇ ਰੱਖਿਆ ਹੋਇਆ ਅਸੀਂ ਉਹ ਹਲਕੇ ਦੇ ਵਿੱਚ ਜਾ ਕੇ ਵੀ ਪ੍ਰਚਾਰ ਕਰਾਂਗੇ ਅਸੀਂ ਜਿੱਦਾਂ ਸਰਦਾਰ ਪ੍ਰਕਾ ਬੀਨਦਰ ਸਿੰਘ ਇਸ ਗੱਲ ਤੋਂ ناکਾਮ ਰਿਹਾ ਹੈ ਜੇ ਕੈਪਟਨ ਅਮਰਿੰਦਰ ਸਿੰਘ ਇਸ ਗੱਲ ਤੋਂ ناکਾਮ ਰਿਹਾ ਤਾਂ ਇਹਨਾਂ ਨੇ ਵੀ ਉਹੀ ਨੀਤੀ ਅਪਣਾਈ ਹੈ ਤੇ ਬੇਰਜ਼ਗਾਰਾਂ ਦੇ ਆਪਕਾਂ ਨੂੰ ਰੋਜ਼ਗਾਰ ਦੇਣ ਤੋਂ ਭੱਜ ਰਹੇ ਨੇ ਸਰਕਾਰੀ ਸਕੂਲਾਂ ਨੂੰ ਖਤਮ ਕਰਨ ਵਾਲਾ ਇਹਨਾਂ ਨੇ ਵੀ ਰਾਹ ਚੁਣਿਆ ਜਿਵੇਂ ਅੱਜ ਦਾ ਭਰੋਸਾ ਹੈ ਲੱਗਦਾ ਹੈ ਕਿ ਕੁਝ ਨਾ ਕੁਝ ਇਹ ਜ਼ਰੂਰ ਪੰਜਾਬ ਦੇ ਸਕੂਲਾਂ ਵਾਸਤੇ ਬੇਰਜ਼ਗਾਰਾਂ ਦੇ ਆਪਕਾਂ ਵਾਸਤੇ ਸੋਚਣਗੇ ਜੀ ਸੋ ਗੱਲਬਾਤ ਹੋਈ ਹੈ ਤੇ ਆਸ਼ ਜਿਹੜੀ ਹੈਗੀ ਆ ਪ੍ਰਗਟਾਈ ਗਈ ਹੈ ਯੂਨੀਅਨ ਦੇ ਵੱਲੋਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਵਾਕਈ ਸਰਕਾਰ ਦੇ ਵੱਲੋਂ ਹਫਤੇ ਦੇ ਅੰਦਰ ਅੰਦਰ ਕੋਈ ਵੱਡਾ ਫੈਸਲਾ ਲਿਆ ਜਾਵੇਗਾ ਤੇ ਉਹਨਾਂ ਨੂੰ ਉਮੀਦ ਹੈ ਤੇ ਉਹਨਾਂ ਨੇ ਖੁਦ ਕਿਹਾ ਕਿ ਵੀ ਉਮੀਦ ਦੇ ਸਹਾਰੇ ਹੀ ਉਹ ਸਰਕਾਰ ਦੇ ਕੋਲ ਆਪਣੀ ਅਪੀਲ ਲੈ ਕੇ ਆਏ ਨੇ ਆਪਣੀ ਬੇਨਤੀ ਲੈ ਕੇ ਆਏ ਨੇ ਤੇ ਉਹਨਾਂ ਨੂੰ ਉਮੀਦ ਹੈ ਕਿ ਵੀ ਜਿਹੜੀਆਂ ਉਹਨਾਂ ਦੀਆਂ ਮੰਗਾਂ ਨੇ ਉਹ ਪੂਰੀਆਂ ਜ਼ਰੂਰ ਹੋਣਗੀਆਂ ਤੁਸੀਂ ਬਣੇ ਰਹੋ ਜਗਪਾਨੀ ਟੀਵੀ ਦੇ ਨਾਲ ਮੇਰੇ ਨਾਲ ਕੈਮਰਾ ਪਰਸਨ ਅਮਨ ਗਿੱਲ